ਬੇਹੱਦ ਵੱਡੀ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਗੁਰੂ ਸਾਹਿਬ ਦੇ ਪਾਵਨ ਅੰਗਾਂ ਨੂੰ ਫਾੜਿਆ ਗਿਆ ਇੱਕ ਸ਼ਖਸ ਦੇ ਵੱਲੋਂ, ਤੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪੂਰਥਲਾ ਦੇ ਭੁਲੱਥ ਹਲਕੇ ਦੇ ਪਿੰਡ ਭਗਵਾਨਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਤੇ ਇਹ ਵੀ ਦੱਸਿਆ ਜਾ ਰਿਹਾ ਕਿ ਉਸਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ 5 ਤੋਂ 7 ਅੰਗਾਂ ਨੂੰ ਫਾੜਿਆ ਗਿਆ। ਤੇ ਜਦੋਂ ਮੌਕੇ ਤੇ ਮੌਜੂਦ ਲੋਕਾਂ ਨੇ ਇਹ ਸਾਰਾ ਮੰਜ਼ਰ ਦੇਖਿਆ, ਗ੍ਰੰਥੀ ਸਿੰਘ ਨੇ ਇਹ ਦੇਖਿਆ ਤਾਂ ਉਹਨਾਂ ਦੇ ਵੱਲੋਂ ਉਸ ਸ਼ਖਸ ਨੂੰ ਮੌਕੇ ਤੇ ਕਾਬੂ ਕਰਕੇ ਉਸਦਾ ਕੁਟਾਪਾ ਵੀ ਚਾੜਿਆ ਗਿਆ, ਤੇ ਇੰਨੇ ਬੁਰੇ ਤਰੀਕੇ ਦੇ ਨਾਲ ਉਸਦਾ ਕੁਟਾਪਾ ਚਾੜਿਆ ਗਿਆ ਕਿ ਉਸਦੀ ਬਾਂਹ ਵੀ ਤੋੜ ਦਿੱਤੀ ਗਈ ਹੈ। ਪਰ ਦੱਸ ਦਈਏ ਕਿ ਬੇਹੱਦ ਮੰਦਭਾਗੀ ਖਬਰ ਇਹ ਸਾਹਮਣੇ ਆ ਰਹੀ ਹੈ, ਪੰਜਾਬ ਭਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਤੇ ਤਾਜ਼ਾ ਮਾਮਲੇ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਗੁਰੂ ਸਾਹਿਬ ਦੇ 5 ਤੋਂ 7 ਅੰਗ ਫਾੜੇ ਗਏ ਨੇ, ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਵੀ ਕਰ ਲਿਆ ਤੇ ਉਸਦਾ ਕੁਟਾਪਾ ਵੀ ਚਾੜਿਆ, ਤੇ ਦੱਸਿਆ ਜਾ ਰਿਹਾ ਕਿ ਘਟਨਾ ਉਦੋਂ ਵਾਪਰੀ ਜਦੋਂ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਸੀ, ਤੇ ਇਸ ਦੌਰਾਨ ਇੱਕ ਸ਼ਖਸ ਗੁਰੂ ਘਰ ਦੇ ਅੰਦਰ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 5 ਤੋਂ 7 ਅੰਗ ਫਾੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ, ਪਰ ਗ੍ਰੰਥੀ ਸਿੰਘ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਸ ਨੂੰ ਫੜ ਲਿਆ ਜਾਂਦਾ। ਤੇ ਗ੍ਰੰਥੀ ਸਿੰਘ ਦਾ ਜੋ ਬਿਆਨ ਸਾਹਮਣੇ ਆਇਆ ਉਸਦਾ ਕਹਿਣਾ ਹੈ ਕਿ ਜਦੋਂ ਮੈਂ ਇਹ ਸਾਰਾ ਮੰਜ਼ਰ ਦੇਖਿਆ ਤਾਂ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ, ਤੇ ਮੇਰਾ ਦਿਲ ਇੰਨੇ ਬੁਰੇ ਤਰੀਕੇ ਨਾਲ ਕੰਬ ਗਿਆ, ਤੇ ਮੈਂ ਉਸ ਵਿਅਕਤੀ ਦੀ ਕੁੱਟਮਾਰ ਵੀ ਕੀਤੀ, ਤੇ ਜੇਕਰ ਸੰਗਤ ਮੈਨੂੰ ਨਾ ਰੋਕਦੀ ਤਾਂ ਮੈਂ ਸ਼੍ਰੀ ਸਾਹਿਬ ਦੇ ਨਾਲ ਉਸ ਵਿਅਕਤੀ ਦਾ ਸਿਰ ਕਲਮ ਕਰ ਦਿੰਦਾ, ਉਸ ਨੂੰ ਮੌਕੇ ਤੇ ਮਾਰ ਦਿੰਦਾ। ਇਹ ਜਿਹੜਾ ਬਿਆਨ ਹੈ ਗੁਰੂ ਘਰ ਦੇ ਗ੍ਰੰਥੀ ਸਿੰਘ ਦੇ ਵੱਲੋਂ ਦਿੱਤਾ ਗਿਆ, ਤੇ ਇਸ ਸਾਰੇ ਮਾਮਲੇ ਤੋਂ ਬਾਅਦ ਸੰਗਤ ਦੇ ਵਿੱਚ ਰੋਸ ਪਾਇਆ ਜਾ ਰਿਹਾ, ਤੇ ਸਿਵਲ ਹਸਪਤਾਲ ਦੇ ਬਾਹਰ ਜਿਸ ਹਸਪਤਾਲ ਦੇ ਵਿੱਚ ਉਸ ਸ਼ਖਸ ਨੂੰ ਜਿਸਨੇ ਬੇਅਦਬੀ ਕੀਤੀ ਉਸ ਨੂੰ ਭਰਤੀ ਕਰਵਾਇਆ ਗਿਆ, ਉਸਦੇ ਬਾਹਰ ਸੰਗਤ ਦੇ ਵੱਲੋਂ ਧਰਨਾ ਵੀ ਦਿੱਤਾ ਜਾ ਰਿਹਾ। ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਵੱਡਾ ਰੋਸ ਪਾਇਆ ਜਾ ਰਿਹਾ ਸਿੱਖ ਸੰਗਤ ਦੇ ਵਿੱਚ, ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਸ਼ਖਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਤੇ ਮੌਕੇ ਤੇ ਮੌਜੂਦ ਪੁਲਿਸ ਵੀ ਦਿਖਾਈ ਦੇ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਖਸ ਨੂੰ ਸਖਤ ਸਜ਼ਾ ਜ਼ਰੂਰ ਮਿਲੇਗੀ, ਤੇ ਲੋਕਾਂ ਨੂੰ ਕਾਬੂ ਕਰਨ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ, ਪਰ ਹਾਲਾਤ ਵਿਗੜਦੇ ਨਜ਼ਰ ਆ ਰਹੇ ਨੇ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਦੋਂ ਉਸਦੀ ਕੁੱਟਮਾਰ ਹੋਈ ਸੀ ਬੇਅਦਬੀ ਕਰਨ ਵਾਲੇ ਦੀ, ਤਾਂ ਉਸਦੀ ਬਾਂਹ ਤੋੜ ਦਿੱਤੀ ਗਈ ਸੀ, ਤਾਂ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਤੇ ਉੱਥੇ ਕੋਈ ਹਾਲਾਤ ਨਾ ਵਿਗੜਨ, ਕੋਈ ਅਣਸੁਖਾਵੀ ਘਟਨਾ ਨਾ ਹੋਵੇ, ਤਾਂ ਉੱਥੇ ਪੁਲਿਸ ਵੀ ਡਟ ਕੇ ਖੜ੍ਹੀ ਦਿਖਾਈ ਦਿੱਤੀ। ਪਰ ਵੱਡੀ ਖਬਰ ਜ਼ਰੂਰ ਹੈ, ਮੰਦਭਾਗੀ ਖਬਰ ਹੈ ਕਿ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਵਾਰ ਫਿਰ ਤੋਂ ਕਪੂਰਥਲਾ ਦੇ ਭੁਲੱਥ ਹਲਕੇ ਦੇ ਪਿੰਡ ਭਗਵਾਨਪੁਰ ਦੇ ਵਿੱਚ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਹੋਈ ਹੈ। ਪਾਵਨ ਅੰਗਾਂ ਨੂੰ ਫਾੜਿਆ ਗਿਆ ਇੱਕ ਸ਼ਖਸ ਦੇ ਵੱਲੋਂ। ਇਸ ਸਾਰੀਆਂ ਘਟਨਾਵਾਂ ਦੇ ਪਿੱਛੇ, ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਕੀ ਕਾਰਨ ਨੇ ਜਾਂ ਕੌਣ ਹੈ ਇਸ ਸਾਜਿਸ਼ ਦੇ ਪਿੱਛੇ, ਇਹ ਤਾਂ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਜਾਂ ਕੋਈ ਵੀ ਪੁਸ਼ਟੀ ਸਾਹਮਣੇ ਨਹੀਂ ਆਈ ਹੈ, ਪਰ ਆਪਣੇ ਆਪ ਦੇ ਵਿੱਚ ਚਿੰਤਾਜਨਕ ਜ਼ਰੂਰ ਹੈ ਅਤੇ ਸ਼ਰਮਨਾਕ ਘਟਨਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕੁੱਲ ਕਾਇਨਾਤ ਦੇ ਗੁਰੂ ਨੇ, ਅਤੇ ਜੇਕਰ ਅਜਿਹੀ ਕੋਈ ਅਣਪਵਿੱਤਰ ਘਟਨਾ ਨੂੰ ਅੰਜਾਮ ਦਿੰਦਾ ਕੋਈ ਵੀ ਸ਼ਖਸ, ਤਾਂ ਗੁੱਸਾ ਜ਼ਰੂਰ ਸਿੱਖ ਸੰਗਤ ਦੇ ਮਨ ਦੇ ਵਿੱਚ ਆਉਂਦਾ ਹੈ। ਅਤੇ ਮੌਕੇ 'ਤੇ ਮੌਜੂਦ ਗ੍ਰੰਥੀ ਸਿੰਘ ਦਾ ਅਤੇ ਸਿੱਖ ਸੰਗਤ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਾਹਰੋਂ ਗਿਆ ਵਾਂ ਆਪਣੀ ਗੱਡੀ 'ਤੇ, ਗੁਰਦੁਆਰਾ ਸਾਹਿਬ ਦੇ ਅੱਗੇ ਮੈਂ ਗੱਡੀ ਲਾਈ ਹੈ ਜੀ, ਅਤੇ ਜਦੋਂ ਮੇਰੀ ਆਦਤ ਹੈ ਕਿ ਗੁਰਦੁਆਰਾ ਸਾਹਿਬ ਆਉਂਦਿਆਂ ਜਾਂਦਿਆਂ ਮੈਂ ਨਿਗਾਹ ਮਾਰਨੀ ਹੈ ਜੀ, ਅਤੇ ਸੋ ਮੈਂ ਨਿਗਾਹ ਮਾਰੀ ਜਦੋਂ ਕਿ ਗੁਰੂ ਘਰ ਦੇ ਦੋਵੇਂ ਅੰਦਰਲੇ ਮੇਨ ਦਰਵਾਜ਼ੇ ਜਿਹੜੇ ਖੁੱਲ੍ਹੇ ਹੋਏ ਸੀ, ਅਤੇ ਮੈਂ ਭੱਜ ਕੇ ਅੰਦਰ ਹੋਇਆ ਜੀ, ਅਤੇ ਉਹ ਦੋਸ਼ੀ ਜਿਹੜਾ ਸੀ ਉਹ ਭੱਜ ਕੇ ਬਾਹਰ ਜਾਣ ਲੱਗਾ ਸੀ ਸਾਧ ਸੰਗਤ ਜੀ,
ਅਤੇ ਮੇਰੇ ਉਹ ਕਾਬੂ ਆ ਗਿਆ ਅਤੇ ਮੇਰੇ ਤੋਂ ਜਿੰਨਾ ਕੁ ਉਹਦਾ ਕਟਾਪਾ ਉਤਰਿਆ ਜੀ ਆਪਾਂ ਲਾਇਆ ਅਤੇ ਬਾਕੀ ਮੇਰੇ ਕੋਲ ਸ਼੍ਰੀ ਸਾਹਿਬ ਸੰਗਤ ਨੇ ਖੋਲ ਲਈ ਮੈਂ ਸ਼੍ਰੀ ਸਾਹਿਬ ਨਾਲ ਝਟਕਾਉਣਾ ਸੀ ਜੀ ਉਹ ਸਿੰਘ ਕਿਉਂਕਿ ਉਹਨੇ ਮਹਾਰਾਜ ਦੇ 5-7 ਅੰਗ ਪਾੜੇ ਸੀ ਜੀ ਅਤੇ ਮਹਾਰਾਜ ਉਹ ਅੰਗ ਵੇਖ ਕੇ ਜਿਹੜਾ ਮੇਰੇ ਮਨ 'ਚ ਰੋਸ ਸੀ ਨਾ ਜੀ ਮੈਂ ਉਹਨੂੰ ਝਟਕਾਉਣਾ ਸੀ ਸਿੰਘ ਨੂੰ ਪਰ ਮੈਨੂੰ ਸੰਗਤਾਂ ਨੇ ਮੇਰੇ ਤੋਂ ਸ਼੍ਰੀ ਸਾਹਿਬ ਖੋਲ ਲਈ ਮਹਾਰਾਜ ਹਾਂਜੀ ਹਾਂਜੀ ਮਹਾਰਾਜ ਜੀ ਭੋਲੋ ਵੀ ਸਾਧ ਸਿੰਘ ਜੀ ਮੈਂ ਉਹਨੂੰ ਝਟਕਾ ਨਹੀਂ ਸਕਿਆ ਹਾਂਜੀ ਹਾਂਜੀ ਨਹੀਂ ਨਹੀਂ ਮੌਕੇ ਤੇ ਬਾਹਰ ਆ ਗਏ ਭਾਜੀ ਉਹਨਾਂ ਅੰਦਰੋਂ ਬੇਦਬੀ ਕਰਕੇ ਮਹਾਰਾਜ ਦੇ ਸਾਰੇ ਸਰੂਪ ਕਿੰਨੇ ਵਜੇ ਦਾ ਟਾਈਮ ਸੀ 3:30 ਵਜੇ ਦਾ ਸਾਢੇ ਤਿੰਨ ਖੋਲਿਆ ਸੀ ਗੁਰੂ ਘਰ ਖੁੱਲ੍ਹਾ ਨਹੀਂ ਜੀ ਗੁਰੂ ਘਰ ਸੇ ਅਸੀਂ ਹੁਣ 5 ਵਜੇ ਖੋਲ੍ਹਣਾ ਸੀ ਜੀ ਝਟਕਾ ਮਾਰਦਿਆ ਤੇ ਉਹ ਖੁੱਲਣ ਤੋਂ ਬਾਅਦ ਉਹ ਦੋਸ਼ੀ ਆਪਣਾ ਕੰਮ ਕਰ ਗਿਆ ਜੀ ਤੁਹਾਡਾ ਕਹਿਣ ਦਾ ਮਤਲਬ ਕਿ ਤੁਹਾਡੀ ਅੰਗੈਲੀ ਕਰਕੇ ਜੇ ਤੁਸੀਂ ਉਹਨੂੰ ਪੱਕਾ ਦਰਵਾਜ਼ਾ ਲਾਇਆ ਹੁੰਦਾ ਅਸੀਂ ਇੰਨਾ ਪਿੱਟੇ ਆ ਕਿ ਸਾਰੇ ਗੁਰੂ ਘਰ ਦੇ ਵਿੱਚ ਤੁਸੀਂ ਗੁਰੂ ਘਰਾਂ ਦੇ ਵਿੱਚ ਪੱਕੇ ਦਰਵਾਜ਼ੇ ਲਾਓ ਵੀਰ ਜੀ ਬੇਨਤੀ ਏਦਾਂ ਵੀ ਮੇਰੇ ਕੋਲ ਤਾਂ ਜੀ ਗਰੀਬ ਕੋਲ ਆਪਣਾ ਘਰ ਨਹੀਂ ਹੈਗਾ ਤੇ ਮੈਂ ਕਿੱਥੋਂ ਉਧਰ ਦਰਵਾਜ਼ਾ ਲਾ ਦੇ ਮੈਂ ਤਾਂ ਸੰਗਤ ਨੂੰ ਕਿਹਾ ਸਕਦਾ ਜੀ ਤੁਸੀਂ ਕਦੀ ਕਿਹਾ ਸੀ ਹਾਂਜੀ ਆਪਾਂ ਸੰਗਤ ਨੂੰ ਹਮੇਸ਼ਾ ਕਿਹਾ ਜੀ ਵੀ ਇਹ ਇੰਨੀ ਸੇਫਟੀ ਵਾਲਾ ਕੰਮ ਨਹੀਂ ਹੈਗਾ ਜਿਹੜੇ ਆਪਾਂ ਸਿਰਫ ਉਹ ਸ਼ੀਸ਼ੇ 'ਚ ਲਾਏ ਨੇ ਤੁਸੀਂ ਮੌਜੂਦਾ ਜਾ ਕੇ ਵੇਖ ਸਕਦੇ ਹੋ ਸਾਰੀ ਉਮਰ ਸਾਡੇ ਨਾਲ ਇਦਾਂ ਹੀ ਹੁੰਦੇ ਰਹਿਣਾ ਜੇ ਅਸੀਂ ਜੇ ਆਪਣਾ ਹੋਂਦ ਨਾ ਪਛਾਣੀ ਤੇ ਖਤਮ ਹੋ ਜਾਵਾਂਗੇ ਖਾਲਸਾ ਜੀ ਬਿਲਕੁਲ ਜੀ ਜਿਹੜਾ ਆਇਆ ਭਈਆ ਆ ਕੌਣ ਆ ਪਤਾ ਨਹੀਂ ਭਾਜੀ ਭਈਆ ਜਿਹਾ ਹੀ ਲੱਗਦਾ ਕਿ ਕੌਣ ਹੈ ਕਿਹੜੇ ਕਿਸਮ ਦਾ ਮੈਂ ਪਿੰਡ ਦਾ ਪਤਾ ਕੁਛ ਬਸ ਮੈਨੂੰ ਤੇ ਫਟਾਫਟ ਉਹਨੇ ਜਦੋਂ ਬਾਹਰ ਨਿਕਲਿਆ ਰੋਲਾ ਪਾ ਲਿਆ ਵੀ ਮੈਂ ਕਾਲੀ ਦੇਵੀ ਹਾਂ ਮੈਂ ਫਲਾਣੀ ਐਵੇਂ ਉੱਚੀ ਉੱਚੀ ਬਾਹਾਂ ਕਰਕੇ ਰੋਲਾ ਪਾਉਣ ਲੱਗ ਗਿਆ ਮੇਰੇ ਸਰੂਪੇ ਸਰੂਪੇ ਵੀ ਅੰਦਰੋਂ ਚੁੱਕ ਕੇ ਲੈ ਗਿਆ ਮਹਾਰਾਜ ਦੇ ਸਾਰੇ ਵਸਤਰ ਉਹਨੇ ਖਿਲਾਰੇ ਹੋਏ ਸੀ ਮਹਾਰਾਜ ਦਾ ਸਰੂਪ ਇੱਥੋਂ ਤੱਕ ਕਿ ਚੁੱਕ ਕੇ ਉਹਨੇ ਕੁੱਤੇ ਭੈਣ ਚੋਂ ਉਹਨੇ ਥੱਲੇ ਸੁੱਟਿਆ ਹੋਇਆ ਸੀ ਜੀ ਮਤਲਬ ਮੇਰੇ ਵੇਖਿਆ ਨਹੀਂ ਗਿਆ ਸਾਧ ਸੰਗਤ ਜੀ ਨੂੰ ਅੰਜਾਮ ਦੇਣ ਵਾਸਤੇ ਕਿੰਨਾ ਕੁ ਸਮਾਂ ਲੱਗਾ ਸੀ ਉਹਨੂੰ ਕਿੰਨਾ ਸਮਾਂ ਲੱਗਾ ਇਹ ਹੁਣ ਆਪਾਂ ਨਹੀਂ ਭਾਜੀ ਮੈਂ ਉਹ ਗੱਡੀ ਆ ਕੇ ਵੀਰ ਜੀ ਮੈਂ 10-5 ਮਿੰਟ ਦੇ ਵਿੱਚ ਉਹਨੂੰ ਫੜਿਆ ਮੈਨੂੰ ਤੇ ਪਤਾ ਹੀ ਨਹੀਂ ਕਦੋਂ ਵੜਿਆ ਸੀ ਅੰਦਰ ਜਿਵੇਂ ਕਿ ਅੱਜ ਸੰਗਰਾਂਦ ਸੀ ਸੰਗਤ ਆਈ ਸੀ ਤੇ ਕੀ ਲੱਗਦਾ ਨਹੀਂ ਕਿ ਇਹ ਮਾਮਲਾ ਜਿਹੜਾ ਕਿਸਤਾ ਦੱਸਿਆ ਜਾ ਰਿਹਾ ਨਹੀਂ ਨਹੀਂ ਵੀਰ ਜੀ ਸੰਗਤ ਸਵੇਰ ਦੀ ਕਦੀ ਉਹਨੂੰ ਦੇਖਿਆ ਸੀ ਪਿੰਡ ਦੇ ਵਿੱਚ ਨਹੀਂ ਪਿੰਡ 'ਚ ਨਹੀਂ ਮੈਂ ਕਦੀ ਇੱਥੇ ਆਪਣੇ ਭਲਾਥ ਸ਼ਹਿਰ 'ਚ ਨਹੀਂ ਵੇਖਿਆ ਜੀ ਆਪਾਂ ਇੱਥੇ ਠੰਡੀ ਮਿੱਠੀ ਸਰਦਾਈ ਦੇ ਨਾਲ ਕੰਮ ਕਰੀ ਤੇ ਕਦੀ ਉਹਨੂੰ ਆਉਂਦੇ ਜਾਂਦੇ ਵੇਖਿਆ ਤੁਹਾਡਾ ਕੀ ਨਾਮ ਜੀ ਤੁਹਾਡਾ ਪਿੰਡ ਕਿਹੜਾ ਮੇਰਾ ਭਾਈ ਸੋਹਣ ਸਿੰਘ ਜੀ ਨਾਮ ਹੈ ਜੀ ਮੇਰਾ ਮੇਨ ਪਿੰਡ ਆਪਣਾ ਭਗਵਾਨਪੁਰ ਹੀ ਜੀ ਇਹ ਇੱਥੋਂ ਦੇ ਆਪਾਂ ਹੈੱਡ ਗ੍ਰੰਥ ਸਾਹਿਬ ਆ ਇੱਥੋਂ ਦਾ ਮੇਰਾ ਬਾਇਓਡਾਟਾ ਸਾਰਾ ਜੋ ਵੀ ਹੈ ਇੱਥੋਂ ਦਾ ਨਗਰ ਇਸ ਗੁਰਦੁਆਰਾ ਸਾਹਿਬ 'ਚ ਕਿੰਨੇ ਸਮੇਂ ਤੋਂ ਤੁਸੀਂ ਗ੍ਰੰਥੀ ਬਤੌਰ ਕੰਮ ਮੈਨੂੰ 15 ਸਾਲ ਹੋ ਗਏ ਨੇ ਵੀਰ ਜੀ ਇੱਥੋਂ ਦਾ ਮੇਰਾ ਸਾਰੇ ਆਈ ਡੀ ਪ੍ਰੂਫ ਵਗੈਰਾ ਸਭ ਨਗਰ ਦਾ ਇੱਥੇ ਹੀ ਮੇਰਾ ਜੋ ਵੀ ਹੈ ਜੀ ਪਰ ਜਿਹੜੀ ਇਹ ਘਟਨਾ ਵਾਪਰੀ ਇਹਦਾ ਜ਼ਿੰਮੇਵਾਰ ਹੁਣ ਇਸ ਟਾਈਮ ਕੌਣ ਦੱਸੇ ਇਸ ਦਾ ਜ਼ਿੰਮੇਵਾਰ ਮਹਾਰਾਜ ਕੋਈ ਨਹੀਂ ਹੁਣ ਜ਼ਿੰਮੇਵਾਰ ਤੇ ਕਿਸੇ ਨੂੰ ਵੀ ਨਹੀਂ ਆਪਾਂ ਠਹਿਰਾ ਸਕਦੇ ਵੀਰ ਜੀ ਕਿਉਂਕਿ ਕੋਈ ਬੰਦਾ ਇੱਕੋ ਦਮ ਘਰ 'ਚ ਚੋਰ ਵੜ ਜੇ ਤੇ ਆਪਾਂ ਕੀ ਕਰ ਸਕਦੇ ਹਾਂ ਗੁਰੂ ਘਰ ਨੂੰ ਜੇ ਇਹੀ ਕਰ ਸਕਦੇ ਹਾਂ ਗੁਰੂ ਘਰ ਨੂੰ ਤਾਲੇ ਲੱਗੇ ਸੀ ਜਾਂ ਨਹੀਂ ਲੱਗੇ ਸੀ ਜਾਂ ਕਮਜ਼ੋਰ ਲੱਗੇ ਸੀ ਤਾਲੇ ਲੱਗੇ ਸੀ ਜੀ ਲੋਕ ਲੱਗੇ ਸੀ ਪਰ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣਾ ਕੰਮ ਕਰ ਗਿਆ ਹੁਣ ਉਹ ਤਾਲੇ ਨੂੰ ਕਿਸ ਹਿਸਾਬ ਨਾਲ ਕਰ ਗਿਆ ਖੋਲ ਗਿਆ ਕਿੱਦਾਂ ਉਹਨੇ ਇੱਕਦਮ ਹੁਣੇ ਕਹਿੰਦੇ ਪਏ ਹੋ ਕਿ ਉਹਨਾਂ ਨੇ ਝਟਕੇ ਨਾਲ ਖੋਲ ਲਿਆ ਤੁਹਾਡੇ ਬਚਨ ਹੈ ਕਿ ਝਟਕੇ ਨਾਲ ਤਾਲਾ ਖੁੱਲ ਗਿਆ ਕਹਿੰਦਾ ਮਤਲਬ ਕਿ ਤੁਸੀਂ ਇੰਨਾ ਪ੍ਰਬੰਧ ਨਹੀਂ ਕੀਤਾ ਨਹੀਂ ਹੈਗਾ ਉੱਥੇ ਪ੍ਰਬੰਧ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਮੈਂ ਮੰਨਣਾ ਜੀ ਹਾਂਜੀ ਤੁਹਾਡੀ ਅੰਗੈਲੀ ਹੈ ਮੇਰੀ ਵੀਰ ਜੀ ਅੰਗੈਲੀ ਨਹੀਂ ਵੇਖੋ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਕਿਹਾ ਨੂੰ ਮੰਨਦੇ ਹੋ ਨਾ ਮੈਂ ਮੰਨਣਾ ਵੀ ਵੇਖੋ ਵੀਰ ਜੀ ਮੈਂ ਤੇ ਮੇਰੇ ਕੋਲ ਗਰੀਬ ਕੋਲ ਆਪਣਾ ਘਰ ਨਹੀਂ ਸਾਡੇ ਨਾਲ ਇੱਕ ਬੜਾ ਤਗੜਾ ਮਜ਼ਾਕ ਹੋ ਰਿਹਾ ਆ ਸਾਨੂੰ ਫੁੱਦੂ ਬਣਾਇਆ ਜਾ ਰਿਹਾ ਜਦੋਂ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਜਾਂ ਤਾਂ ਕਿਹਾ ਜਾਂਦਾ ਕਿ ਇਹ ਮਨ ਬੁੱਧੀ ਆ ਜੀ ਮਨ ਬੁੱਧੀ ਆ ਅੱਜ ਵੀ ਜੋ ਘਟਨਾ ਹੋਈ ਆ ਵੀਰ ਦੱਸ ਰਿਹਾ ਆ ਕਿ ਉਹਨੇ ਮਾਰੇ ਦੇ ਅੰਗ ਲਿਆ ਕੇ ਬਾਹਰ ਲਿਆ ਕੇ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਵੀ ਹਾਂ ਕਿ ਕਹਿੰਦਾ ਸੀ ਕਾਲੀ ਦੇਵੀ ਹਾਂ ਮੈਂ ਕਾਲੀ ਦੇਵੀ ਹਾਂ ਮੈਂ ਜੇ ਹਾਂ ਮੈਂ ਕਿਹਾ ਜੀ ਇੱਦਾਂ ਦੇ ਪਖੰਡ ਬਹੁਤ ਹੋ ਰਹੇ ਆ
ਆਪ ਸੁਚੇਤ ਰਹੀਏ, ਸ਼ਸਤਰ ਧਾਰੀ ਹੋਈਏ, ਜੇ ਕੋਈ ਆਉਂਦਾ ਤੇ ਆਪਾਂ ਸੋਧਾ ਲਾਈਏ। ਬਾਬਾ ਜੀ ਤੁਹਾਡਾ ਕੀ ਨਾਮ ਔਰ ਤੁਸੀਂ ਕਿਹੜੀ ਜਥੇਬੰਦੀ ਵੱਲੋਂ? ਮੈਂ ਜੀ, ਮੇਰਾ ਨਾਂ ਰਵਿੰਦਰ ਸਿੰਘ ਖਾਲਸਾ, ਸਤਿਕਾਰ ਕਮੇਟੀ ਪੰਜਾਬ। ਮੈਨੂੰ ਸਰਦਾਰ ਬਲਵੀਰ ਸਿੰਘ ਮੁੱਛਲ ਰਾਣੇ ਭੇਜਿਆ ਜੀ, ਉਹਨਾਂ ਨੂੰ ਫੋਨ ਆਇਆ ਸੀ, ਉਹਨਾਂ ਨੇ ਮੈਨੂੂੰ ਇੱਥੇ ਭੇਜਿਆ। ਜਿਹੜੀ ਇਹ ਸਾਰੀ ਘਟਨਾ ਵਾਪਰੀ, ਇਹਦਾ ਜ਼ਿੰਮੇਵਾਰ ਕੌਣ ਆ ਜੀ? ਬਾਬਾ ਜੀ ਮੈਂ ਜ਼ਿੰਮੇਵਾਰ ਸਾਰੀ ਕਮੇਟੀ ਨੂੰ ਮੰਨਦਾ ਜੀ, ਜਿਨ੍ਹਾਂ ਦੀ ਅੰਗਹਿਲੀ ਕਰਕੇ ਹੋਇਆ। ਸਾਰਿਆਂ ਨੂੰ ਬੇਨਤੀ ਹੈ ਬਰਾਏ ਮਿਹਰਬਾਨੀ ਤੁਸੀਂ ਥੋੜ੍ਹਾ ਸ਼ਾਂਤੀ ਰੱਖੋ। ਪਹਿਲੀ ਗੱਲ ਤਾਂ ਇਹ ਹੈ, ਬਹੁਤ ਮਾੜੀ ਘਟਨਾ ਹੈ। ਅਸੀਂ ਤੁਹਾਨੂੰ ਇਹ ਆਸ਼ਵਾਸਨ ਦਵਾਉਂਦੇ ਹਾਂ ਕਿ ਅਸੀਂ ਸਾਰੀ ਇਨਵੈਸਟੀਗੇਸ਼ਨ ਮੈਰਿਟ 'ਤੇ ਕਰਾਂਗੇ, ਜਿਹੜੇ ਸੈਕਸ਼ਨ ਬੰਦੇ ਹੈ ਅਸੀਂ ਵੱਧ ਤੋਂ ਵੱਧ ਲਾਵਾਂਗੇ, ਔਰ ਤੁਹਾਨੂੰ ਮੈਂ SIT ਵੀ ਬਣਾਤੀ ਹੈ। ਸਾਡੀ DSP ਬੁਲਾਕ ਸਾਹਿਬ, ਇੱਕ SP ਸਾਹਿਬਾਨ ਔਰ SHO ਸਾਹਿਬ, ਇਹਦੀ ਇਨਵੈਸਟੀਗੇਸ਼ਨ 20 ਦਿਨਾਂ ਦੇ ਅੰਦਰ ਅਸੀਂ ਕੰਪਲੀਟ ਕਰਕੇ ਤੁਹਾਨੂੰ ਦੱਸਾਂਗੇ ਔਰ ਇਹਨੂੰ ਸਜ਼ਾ ਕਰਾਵਾਂਗੇ। ਪਰ ਮੈਨੂੰ ਹਾਂ ਜੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਏ ਰੱਖੋ, ਸਾਡੇ 'ਤੇ ਥੋੜ੍ਹਾ ਭਰੋਸਾ ਕਰੋ। ਅਸੀਂ ਤੁਹਾਨੂੰ ਆਸ਼ਵਾਸਨ ਦਵਾਉਂਦੇ, ਬੰਦਾ ਕਿਤੇ ਨਹੀਂ ਜਾਂਦਾ, ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ। ਇਸ ਕਰਕੇ ਤੁਸੀਂ ਸਾਡੇ 'ਤੇ ਭਰੋਸਾ ਕਰੋ, ਤੁਸੀਂ ਸਾਡੇ ਵੀਰ ਹੋ, ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹਾਂ, ਹੈ ਨਾ? ਆਪਾਂ ਇਹਨੂੰ ਜਾ ਕੇ ਆਪਾਂ ਮੁਕਦਮਾ, ਜਿਹੜੀ ਮੁਕਦਮੇ ਦੀ ਤਫਤੀਸ਼ ਹੈ ਉਹ ਆਪਾਂ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ। ਸੋ ਮੇਰੀ ਤੁਹਾਨੂੰ ਹਾਂ ਜੋੜ ਕੇ ਬੇਨਤੀ ਹੈ ਕਿ ਬਰਾਏ ਮਿਹਰਬਾਨੀ ਥੋੜ੍ਹਾ ਜੀ ਸਾਡੇ ਨਾਲ ਕੋਆਪਰੇਟ ਕਰੋ। ਸਾਡੇ ਅਫਸਰ ਵੀ ਇੱਥੇ, ਸਾਰੇ ਸੈਕਸ਼ਨਸ ਵੀ, ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ, ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸੁਣਨ ਨੂੰ ਤਿਆਰ ਹੈ। ਪਰ ਆਪਾਂ ਰੌਲਾ ਨਾ ਪਾਈਏ, ਅਸੀਂ ਤੁਹਾਡੇ ਨਾਲ ਹੈ, ਤੁਹਾਡੇ ਵਿੱਚ ਹੈ। ਜੋ ਤੁਹਾਡੇ ਮਨ 'ਚ ਬੋਝ ਹੈ ਉਹ ਸਾਡੇ ਮਨ 'ਚ ਵੀ ਬੋਝ ਹੈ। ਜਿਹੜੀ ਘਟਨਾ ਤੁਹਾਨੂੰ ਦੁੱਖ ਹੈ ਉਹ ਸਾਨੂੰ ਵੀ ਦੁੱਖ ਹੈ, ਸਾਡੇ ਵੀ ਅਫਸਰ ਹੈ, ਅਸੀਂ ਵੀ ਬੜਾ ਸਤਿਕਾਰ ਕਰਦੇ ਹਾਂ ਮਹਾਰਾਜ ਜੀ ਦਾ। ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਐਂਡ ਤੱਕ ਲੈ ਕੇ ਤਾਂ ਜਾਈਏ। ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ। ਮੈਂ ਤੁਹਾਨੂੰ ਆਸ਼ਵਾਸਨ ਦਿਵਾਉਣਾ ਹੈ ਕਿ ਉਹਦਾ ਇਲਾਜ ਕਰਾ ਕੇ ਅਸੀਂ ਉਹਦਾ ਰਿਮਾਂਡ ਲੈ ਕੇ ਉਹਦੇ ਤੋਂ ਸਾਰੀ ਗੱਲ ਪਤਾ ਕਰਾਂਗੇ ਕਿ ਕੀ ਉਹਦੀ ਮਨਸ਼ਾ ਸੀ, ਕੀ ਉਹਦੀ ਇਹਦੇ ਵਿੱਚ ਮਾੜੀ ਘਟਨਾ ਸੀ, ਕਿਹਨੇ ਉਹਨੂੰ ਕਿਹਾ ਸੀ, ਸਾਰੀ ਸਾਰੀ ਤਸਦੀਕ ਅਸੀਂ ਕਰਾਉਣੀ ਹੈ। ਭਰੋਸਾ ਕਰੋ, ਤੁਸੀਂ ਮੇਰੇ ਛੋਟੇ ਵੀਰ ਹੋ, ਕਈ ਤੁਸੀਂ ਸਾਡੇ ਵੱਡੇ ਵੀਰ ਹੋ, ਤੁਸੀਂ ਸਾਡੇ ਤੋਂ ਭਰੋਸਾ ਕਰੋ। ਮੈਂ ਤੁਹਾਨੂੰ ਆਸ਼ਵਾਸਨ ਦਿਵਾਉਣਾ, ਮੈਂ ਤੁਹਾਨੂੰ ਅਪਡੇਟ ਵੀ ਕਰਨਾ। ਇਸ ਕਰਕੇ ਪਲੀਜ਼ ਸਾਡੇ ਤੋਂ ਥੋੜ੍ਹਾ ਯਕੀਨ ਕਰੋ, ਆਪਾਂ ਤੁਸੀਂ ਯਕੀਨ ਕਰੋ ਕਿ ਤਾਂ ਹੀ ਅਸੀਂ ਅੱਗੇ ਵੱਧਣਾ। ਅੱਗੇ ਜਿੰਨੀਆਂ ਹੋਈਆਂ ਸਾਰਿਆਂ ਦਾ ਟ੍ਰੈਂਡ ਇਹ ਆਇਆ ਕਿ ਉਹ ਮੈਂਟਲੀ ਅਪਸੈਟ ਸੀ। ਕਿੰਨੇ ਬੰਦਿਆਂ ਤੇ ਕਰ ਰਹੇ ਹਾਂ? ਵਿੱਚ ਵਿਦ ਕਮੇਟੀ ਔਰ ਵਿਦ ਗ੍ਰੰਥੀ, ਉਹਨਾਂ ਦੇ ਪਰਚਾ ਨਾਲ ਹੋਣਾ ਚਾਹੀਦਾ। ਜੋ ਸਾਡੇ ਇੱਕ ਮਿੰਟ ਜੀ, ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਵੀ ਜਿਹੜੇ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਆ ਉਸੇ ਗੁਰੂ ਘਰ ਦੇ ਗ੍ਰੰਥੀ ਸਿੰਘ ਤੇ ਪੂਰੀ ਕਮੇਟੀ ਦੇ ਪਰਚਾ ਹੋਊਗਾ। ਮੈਂ ਹੁਣੇ ਜੰਡਿਆਲੇ, ਜਲੰਧਰ ਦੇ ਵਿੱਚ ਜੰਡਿਆਲਾ ਪੈਂਦਾ, 4 ਦਿਨ ਉੱਥੇ ਪਰਚਾ ਦਰਜ ਕਰਾਇਆ ਵਿੱਦ ਕਮੇਟੀ ਤੇ, ਔਰ ਜਿਹੜਾ ਗ੍ਰੰਥੀ ਸਿੰਘ ਸੀ ਉਹਨੂੰ ਮੌਕੇ ਤੇ ਅਰੈਸਟ ਕਰਾਇਆ। ਵਕੀਲ ਸਾਰੀ ਸੰਗਤ ਨੂੰ ਬੇਨਤੀ ਆ, ਪਹਿਲਾਂ